ਮਨ ਜੋਤ ਸਰੂਪ ਹੈ, ਜੋਤ ਜਦੋਂ ਦੇਖਦੀ ਹੈ ਵਿਚਾਰਾਂ ਦੇ ਵਿੱਚ ਦੇਖਦੀ ਹੈ। ਇਹ ਮੇਰਾ ਸਰੀਰ ਹੈ, ਇਹ ਵੀ ਇੱਕ ਵਿਚਾਰ ਹੈ। ਇਹ ਮੇਰਾ ਘਰ ਹੈ, ਇਹ ਵੀ ਇੱਕ ਵਿਚਾਰ ਹੈ। ਬਹੁਤ ਸਾਰੇ ਜੀਵਾਂ ਨੂੰ ਅਨਾੜੀ ਸੰਤਾਂ ਨੇ ਆਪਣੇ ਸਰੀਰ ਦੇ ਧਿਆਨ 'ਤੇ ਲਾਇਆ ਹੋਇਆ ਕਿ ਅਸੀਂ ਅੰਤ ਸਮੇਂ ਤੁਹਾਨੂੰ ਕੱਢਾਂਗੇ, ਤੁਸੀਂ ਸਾਡਾ ਧਿਆਨ ਧਰ ਲੈਣਾ, ਸੰਤਾਂ ਨੇ ਹੀ ਕੱਢਣਾ ਹੈ। ਆਹ ਜੋ ਨੇਤਰਾਂ ਤੋਂ ਵਿਚਕਾਰ, ਪੂਰਬ ਅਤੇ ਪੱਛਮ ਤੋਂ ਵਿਚਕਾਰ ਵਾਲਾ ਮਾਰਗ ਹੈ, ਭਵ ਸਾਗਰ ਹੈ। ਇੱਥੋਂ ਦਰ ਬੰਦ ਹੈ ਅਤੇ ਇੱਥੋਂ ਵੀ ਦਰ ਬੰਦ ਹੈ। ਹੁਣ ਜ਼ਿੰਦਗੀ ਦੀ ਚਾਬੀ ਪੂਰਨ ਮਹਾਂਪੁਰਖਾਂ, ਪੂਰਨ ਸੰਤਾਂ ਦੇ ਕੋਲ ਅਤੇ ਗੁਰੂ ਦੇ ਕੋਲ ਹੈ। ਅਤੇ ਧਿਆਨ ਕਿੱਥੇ ਲਾਉਣਾ? ਉਸ ਪੁਆਇੰਟ 'ਤੇ ਜਿਹੜਾ ਗੁਰੂ ਸਾਹਿਬ ਸਾਨੂੰ ਦੱਸਦੇ ਨੇ। ਅਸੀਂ ਜੀ ਨੇਤਰ ਬੰਦ ਕਰਦੇ ਹਾਂ, ਸਾਨੂੰ ਰੀੜ੍ਹ ਦੀ ਹੱਡੀ ਚਿੱਟੀ ਦੀਦੀ ਹੈ ਜਾਂ ਉਹਦੇ ਵਿੱਚ ਪ੍ਰਕਾਸ਼ ਸਾਨੂੰ ਨਜ਼ਰ, ਹਰਾ ਰੰਗ ਨਜ਼ਰ ਆ ਰਿਹਾ ਹੈ ਜਾਂ ਹੋਰ ਕਈ ਰੰਗ ਨਜ਼ਰ ਆਉਂਦੇ ਨੇ, ਜੇ ਪ੍ਰੋਪਰ ਗੁਰੂ ਦੀ ਮੱਤ ਨਾਲ ਨਹੀਂ ਚੱਲਦੇ ਆਪਾਂ ਜਾ ਹੀ ਨਹੀਂ ਸਕਦੇ। ਗੁਰੂ ਇੱਕ ਵਾਸਤੇ ਨਹੀਂ ਆਉਂਦਾ, ਉਹ ਹਿੰਦੂ ਵਾਸਤੇ ਵੀ ਆਉਂਦਾ, ਉਹ ਮੁਸਲਮਾਨ ਵਾਸਤੇ ਵੀ ਆਉਂਦਾ, ਸਿੱਖ ਵਾਸਤੇ ਅਤੇ ਈਸਾਈ ਵਾਸਤੇ। ਸਤਿਗੁਰ ਨੇ ਦਿਵ ਦ੍ਰਿਸ਼ਟ ਹੋਈ, ਸਤਿਗੁਰ ਨੇ ਇੱਥੇ ਵੀ ਦਿਵ ਦ੍ਰਿਸ਼ਟੀ ਕਰਵਾ ਦਿੱਤੀ। ਬਹੁਤ ਦੁੱਖ ਹੋ ਗਏ, ਧੱਕੇ ਖਾਂਦਿਆਂ ਨੂੰ, ਇੱਥੇ ਫਿਰਦਿਆਂ ਨੂੰ, ਜੇ ਆਪਾਂ ਹੁਣ ਨਾ ਮਿਲੇ ਤਾਂ ਫਿਰ ਕਦੋਂ ਮਿਲ ਸਕਦੇ? ਲੰਬਾ ਸਮਾਂ ਅੱਜ ਸੇਵਾ ਸਿੰਘ ਪਰਮਾਲੇ ਵਾਲਿਆਂ ਦੀ ਸੰਗਤ ਕੀਤੀ, ਸਾਰੇ ਦੀ ਕਿਰਪਾ ਦੇ ਨਾਲ ਫਿਰ ਜਾ ਕੇ ਮਾਲਕ ਦੇ ਨਾਲ ਇੱਕ ਮਿੱਕ ਮਿਲਾਪ ਹੋਇਆ। ਉਹਦੇ ਵਿੱਚ ਸਮਾਉਣ ਵਾਸਤੇ ਲੰਬਾ ਸਮਾਂ ਕਰੀਦਾ। ਗੁਰਮੁਖ ਪਿਆਰਿਓ, ਖੇਲ ਜੋ ਗੁਰੂ ਸਾਹਿਬ ਵੱਲੋਂ ਦਰਸਾਇਆ ਜਾ ਰਿਹਾ ਹੈ, ਇਹ ਹੈ ਸੂਖਮ ਦਾ ਖੇਲ, ਅਦਿੱਖ ਦਾ ਖੇਲ, ਸੁਣ ਦਾ ਖੇਲ, ਬ੍ਰਹਮ ਦਾ, ਸੱਚ ਦਾ, ਨਿਰੰਕਾਰ ਦਾ, ਪ੍ਰਕਾਸ਼ ਦਾ ਖੇਲ ਹੈ। ਇਸ ਨੂੰ ਸਮਝਣ ਵਾਸਤੇ ਸਾਨੂੰ ਦ੍ਰਿਸ਼ਟਮਾਨ ਤੌਰ 'ਤੇ ਸੂਖਮ ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ ਦਾ ਜਾਗਣਾ ਬਹੁਤ ਜ਼ਰੂਰੀ ਹੈ, ਜਿਹੜੀਆਂ ਕਿ ਵਿਚਾਰਾਂ ਦੇ ਵਿੱਚ ਸੁੱਤੀਆਂ ਪਈਆਂ ਨੇ। ਜਿੰਨਾ ਚਿਰ ਸਾਡਾ ਮਨ ਜਾਗਦਾ ਨਹੀਂ, ਉਨਾ ਚਿਰ ਖੇਲ ਨੂੰ ਸਮਝਦਾ ਨਹੀਂ। ਸਾਡਾ ਮਨ ਤਰਲੋਕੀ ਵਿੱਚ ਸੁੱਤਾ ਪਿਆ, ਭਾਵ ਵਿਚਾਰਾਂ ਵਿੱਚ ਸੁੱਤਾ ਪਿਆ। ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆ ਰਹਿਣ ਵਿਹਾਣੀ। ਭਰਮ ਦੇ ਵਿੱਚ ਹੈ, ਵਿਚਾਰਾਂ ਦੇ ਵਿੱਚ ਹੈ। ਵਿਚਾਰਾਂ ਕਰਕੇ ਇਹਨੂੰ ਮਾਤਾ ਪਿਤਾ ਦੇ ਘਰ ਦਾ ਭੇਦ ਨਹੀਂ ਆਉਂਦਾ, ਵਿਚਾਰਾਂ ਕਰਕੇ ਉਹ ਦੋ ਸਿਰਿਆਂ ਦਾ ਭੇਦ ਨਹੀਂ ਆਉਂਦਾ ਜਿੱਥੇ ਜਾ ਕੇ ਇਸਨੇ ਆਸਣ ਲਾਉਣਾ ਹੈ, ਬੈਠਣਾ ਹੈ, ਉਸਨੂੰ ਦਰ ਆਖਿਆ ਹੈ। ਦੋ ਸਿਰੇ ਨੇ, ਇੱਕ ਪੱਛਮ ਵਾਲਾ ਮਾਰਗ ਹੈ, ਇੱਕ ਪੂਰਬ ਵਾਲਾ ਮਾਰਗ ਹੈ, ਅਤੇ ਵਿਚਕਾਰ ਹੈ ਭਵ ਸਾਗਰ। ਇੱਥੇ ਵਿਚਾਰ ਚੱਲਦੇ ਨੇ, ਫੁਰਨਾ ਚੱਲਦੇ ਨੇ, ਵਾਸ਼ਨਾ ਚੱਲਦੀਆਂ ਨੇ, ਜਿਸ ਤਰ੍ਹਾਂ ਆਪਾਂ ਦੇਖਦੇ ਸਮੁੰਦਰ ਵਿੱਚ ਲਹਿਰਾਂ ਉੱਠਦੀਆਂ ਨੇ, ਇਸ ਤਰ੍ਹਾਂ ਇੱਥੇ ਲਹਿਰਾਂ ਚੱਲਦੀਆਂ ਨੇ ਭਵ ਸਾਗਰ ਦੀਆਂ। ਕਾਮ ਦੀਆਂ ਲਹਿਰਾਂ, ਕ੍ਰੋਧ ਦੀਆਂ, ਲੋਭ ਦੀਆਂ, ਮੋਹ ਦੀਆਂ, ਹੰਕਾਰ ਦੀਆਂ ਲਹਿਰਾਂ ਚੱਲਦੀਆਂ ਨੇ। ਇਹਨਾਂ ਲਹਿਰਾਂ ਦੇ ਵਿੱਚ ਸਾਡਾ ਮਨ ਆ ਕੇ ਖੇਲ ਰਿਹਾ ਹੈ। ਇਹ ਦਰ ਇੱਥੋਂ ਬੰਦ ਹੈ, ਪੂਰਬ ਵਾਲੇ ਪਾਸੇ ਤੋਂ ਬੰਦ ਹੈ ਅਤੇ ਪੱਛਮ ਵਾਲੇ ਪਾਸੇ ਤੋਂ ਬੰਦ ਹੈ। ਅਤੇ ਸਾਡਾ ਜਿਹੜਾ ਧਿਆਨ ਹੈ ਉਹ ਤਰਲੋਕੀ ਦੇ ਵਿੱਚ ਹੈ, ਵਿਚਾਰਾਂ ਦੇ ਵਿੱਚ ਹੈ, ਫੁਰਨਿਆਂ ਦੇ ਵਿੱਚ ਹੈ। ਜੇ ਜੀਵ ਸਮਾਧੀ ਲਾਉਂਦਾ ਵੀ ਹੈ, ਨੇਤਰ ਬੰਦ ਵੀ ਕਰਦਾ ਹੈ, ਤਾਂ ਵੀ ਇਹ ਮਾਇਆ ਜਿਹੜੀ ਹੈ ਉਹਦੇ ਅੰਦਰ ਚੱਲਦੀ ਰਹਿੰਦੀ ਹੈ, ਵਿਚਾਰਾਂ ਦੇ ਰੂਪ ਦੇ ਵਿੱਚ, ਫੁਰਨਿਆਂ ਰੂਪ ਦੇ ਵਿੱਚ। ਨੇਤਰ ਖੋਲ੍ਹਦਾ ਹੈ, ਦ੍ਰਿਸ਼ਟਮਾਨ ਤੌਰ 'ਤੇ ਮਾਇਆ ਦੇਖਦਾ ਹੈ, ਨੇਤਰ ਬੰਦ ਨੇ ਸੂਖਮ ਤੌਰ 'ਤੇ ਮਾਇਆ ਸ਼ੁਰੂ ਹੋ ਜਾਂਦੀ। ਮਾਇਆ ਇਹਦਾ ਖਹਿੜਾ ਨਹੀਂ ਛੱਡਦੀ, ਇਸ ਮਨ ਦਾ ਧਿਆਨ ਲੱਗਣਾ। ਜੇ ਮਾਇਆ ਤੋਂ ਰਹਿਤ ਹੋਏਗਾ ਪੂਰਨ ਤੌਰ 'ਤੇ, ਧਿਆਨ ਕਿੱਥੇ ਹੈ ਜੀ? ਜਦੋਂ ਨੇਤਰ ਖੋਲ੍ਹਦੇ ਨੇ ਚਾਹੇ ਨੇਤਰ ਬੰਦ ਨੇ, ਇਹਦਾ ਧਿਆਨ ਤਰਲੋਕੀ ਦੇ ਵਿੱਚ ਹੈ, ਇੱਥੇ
ਵਿਚਾਰਾਂ ਵਿੱਚ ਆ ਜਾਂਦਾ ਹੈ। ਜਦੋਂ ਮਨ ਜਾਗਦਾ ਨੇਤਰਾਂ ਦੇ ਵਿੱਚ ਬੈਠ ਕੇ, ਇਹ ਨੇਤਰੋ ਮੇਰੇ ਉਹ ਹਰ ਤੁਮ ਮੈਂ ਜੋਤ ਧਰੀ। ਮਾਲਕ ਨੇ ਇੱਥੇ ਜੋਤ ਰੱਖੀ, ਮਨ ਜੋਤ ਸਰੂਪ ਹੈ। ਜੋਤ ਜਦੋਂ ਦੇਖਦੀ ਹੈ ਵਿਚਾਰਾਂ ਦੇ ਵਿੱਚ ਦੇਖਦੀ ਹੈ। ਇਹ ਮੇਰਾ ਸਰੀਰ ਹੈ, ਇਹ ਵੀ ਇੱਕ ਵਿਚਾਰ ਹੈ। ਇਹ ਮੇਰਾ ਘਰ ਹੈ, ਇਹ ਵੀ ਇੱਕ ਵਿਚਾਰ ਹੈ। ਇਹ ਮੇਰੇ ਬੱਚੇ ਨੇ, ਇਹ ਵੀ ਇੱਕ ਵਿਚਾਰ ਹੈ। ਇਹ ਮੇਰੀ ਪਤਨੀ ਹੈ, ਇਹ ਮੇਰੇ ਘਰ ਵਾਲਾ ਹੈ, ਇਹ ਵੀ ਇੱਕ ਵਿਚਾਰ ਹੈ। ਇਹ ਮੇਰਾ ਬਿਜ਼ਨਸ ਹੈ, ਇਹ ਵੀ ਇੱਕ ਵਿਚਾਰ ਹੈ। ਇਸ ਤਰ੍ਹਾਂ ਇਹ ਵਿਚਾਰਾਂ ਦੇ ਬੰਧਨਾਂ ਵਿੱਚ ਵੱਧ ਚੁੱਕਾ ਹੈ। ਜਿਹਨੂੰ ਮਾਰ ਕਹਿੰਦੇ ਮੇਰੀ ਮੇਰੀ ਕਰਤੇ ਜਨਮ ਗਿਓ, ਜੋ ਆਪਣਾ ਸੀ ਉਹਨੂੰ ਜਾਣਿਆ ਹੀ ਨਹੀਂ। ਉਹ ਹੈ ਬ੍ਰਹਮ, ਉਹ ਹੈ ਸੱਚ, ਉਹ ਹੈ ਪ੍ਰਕਾਸ਼। ਜੇ ਅਧਿਆਤਮਿਕ ਤੌਰ 'ਤੇ ਚੱਲਦਾ ਵੀ ਹੈ, ਅਨਾੜੀ ਸੰਤਾਂ ਦੀ ਸੰਗਤ ਕਰਦਾ ਹੈ। ਪੂਰਨ ਸੰਤਾਂ ਦੀ ਇਹਨੂੰ ਸੰਗਤ ਨਹੀਂ ਮਿਲਦੀ। ਸੰਤ ਅਨਾੜੀ ਕਿਸ ਨਾ ਬੁੱਝੇ, ਕਥਨੀ ਕਰੇ ਮਾਇਆ ਨਾ ਲੂਝੇ। ਹੁਣ ਅਨਾੜੀ ਸੰਤ ਕੋ ਜਦੋਂ ਜਾਂਦਾ, ਉਹ ਕਹਿੰਦਾ ਸਾਨੂੰ ਧਿਆਨ ਦਾ ਮਾਰਗ ਦੱਸੋ, ਗਿਆਨ ਕੁਛ ਦਿਓ, ਅਧਿਆਤਮ ਮਾਰਗ 'ਤੇ ਚਲਾਓ। ਅਤੇ ਉਹ ਕਹਿੰਦੇ ਐਂ ਕਰੋ, ਅੱਖਾਂ ਬੰਦ ਕਰੋ, ਸਾਡਾ ਧਿਆਨ ਧਰ ਲਿਓ। ਬਹੁਤ ਸਾਰੇ ਜੀਵਾਂ ਨੂੰ ਅਨਾੜੀ ਸੰਤਾਂ ਨੇ ਆਪਣੇ ਸਰੀਰ ਦੇ ਧਿਆਨ 'ਤੇ ਲਾਇਆ ਹੋਇਆ ਕਿ ਅਸੀਂ ਅੰਤ ਸਮੇਂ ਤੁਹਾਨੂੰ ਕੱਢਾਂਗੇ, ਤੁਸੀਂ ਸਾਡਾ ਧਿਆਨ ਧਰ ਲੈਣਾ, ਸੰਤਾਂ ਨੇ ਹੀ ਕੱਢਣਾ ਆ। ਪਰ ਮਹਾਰਾਜ ਗੁਰਬਾਣੀ 'ਚ ਗੁਰਮੁਖੋ ਕੀ, ਇਹ ਸਰੀਰ ਸਾ ਮੂਲ ਹੈ ਮਾਇਆ, ਇਹ ਮਾਇਆ ਦਾ ਮੂਲ ਹੈ ਮਾਇਆ। ਇਹ ਸਰੀਰ ਵੀ ਮਾਇਆ ਹੈ। ਜੇ ਆਕਾਰ ਦਾ ਧਿਆਨ ਧਰ ਲਿਆ, ਨਿਰਾਕਾਰ ਦੇ ਵਿੱਚ, ਨਿਰੰਕਾਰ ਦੇ ਵਿੱਚ ਨਹੀਂ ਜਾਇਆ ਜਾਣਾ, ਨਹੀਂ ਸਮਾਇਆ ਜਾਣਾ। ਉਹ ਕਹਿੰਦੇ ਬਸ ਤੁਸੀਂ ਸਾਡਾ ਧਿਆਨ ਧਰਨਾ, ਨੇਤਰ ਬੰਦ ਕਰਿਓ, ਅਸੀਂ ਆਪ ਹੀ ਤੁਹਾਨੂੰ ਭਵ ਸਾਗਰ ਦੇ ਵਿੱਚੋਂ ਕੱਢ ਲੈਣਾ। ਅਤੇ ਭਵ ਸਾਗਰ ਉਹਨਾਂ ਨੂੰ ਆਪ ਨਹੀਂ ਪਤਾ ਕਿੱਥੋਂ ਕਿੱਥੇ ਤੇ ਹੈ। ਆਹ ਜੋ ਨੇਤਰਾਂ ਤੋਂ ਵਿਚਕਾਰ, ਪੂਰਬ ਅਤੇ ਪੱਛਮ ਤੋਂ ਵਿਚਕਾਰ ਵਾਲਾ ਮਾਰਗ ਹੈ, ਭਵ ਸਾਗਰ ਹੈ। ਇੱਥੋਂ ਦਰ ਬੰਦ ਹੈ ਅਤੇ ਇੱਥੋਂ ਵੀ ਦਰ ਬੰਦ ਹੈ। ਇਹਨੂੰ ਕਹਿੰਦੇ ਬੱਜਰ ਕਪਾਟ, ਜੜੇ ਜੜ ਜਾਣੇ, ਬੱਜਰ ਬਣ ਗਿਆ, ਲੋਕ ਲੱਗ ਗਿਆ, ਜਿੰਦਰਾ ਮਾਰ ਦਿੱਤਾ ਮਾਲਕ ਨੇ। ਹੁਣ ਜ਼ਿੰਦਗੀ ਦੀ ਚਾਬੀ ਪੂਰਨ ਮਹਾਂਪੁਰਖਾਂ, ਪੂਰਨ ਸੰਤਾਂ ਦੇ ਕੋਲ ਅਤੇ ਗੁਰੂ ਦੇ ਕੋਲ ਹੈ, ਅਤੇ ਉਹ ਜਾਂਦਾ ਨਹੀਂ, ਸੰਗਤ ਹੀ ਨਹੀਂ ਕਰਦਾ। ਹੁਣ ਗੁਰਮੁਖੋ ਇੱਥੇ ਬੈਠਣ ਵਾਸਤੇ ਆਪਾਂ ਨੂੰ ਭੇਦ ਹੋਣਾ ਚਾਹੀਦਾ ਕਿ ਇਹਦੇ ਵਿੱਚ ਲਹਿਰਾਂ ਚੱਲਦੀਆਂ ਨੇ। ਪਹਿਲਾਂ ਤਾਂ ਆਪਾਂ ਨੇ ਜਿਹੜੇ ਪੂਰਨ ਮਹਾਂਪੁਰਖ ਨੇ, ਉਹ ਕਹਿੰਦੇ ਪਹਿਲਾਂ ਤੁਸੀਂ ਪੌਣ ਵਿੱਚ ਚੱਲੋ, ਪੌਣ ਵਿੱਚ ਸਮਾਓ, ਸ਼ਬਦ ਦੁਆਰਾ ਪੌਣ ਵਿੱਚ ਜਾ ਕੇ ਰਲੋ ਸ਼ਬਦ ਦੁਆਰਾ, ਅਤੇ ਫਿਰ ਤੁਹਾਡੀ ਸੁਰਤੀ ਪੌਣ ਤੋਂ ਵੱਖ ਹੋਏਗੀ। ਅਤੇ ਪੌਣ ਦੇ ਵਿੱਚ ਲਹਿਰਾਂ ਚੱਲ ਰਹੀਆਂ ਨੇ ਉੱਪਰ ਥੱਲੇ, ਮਨ ਕਿਉਂ ਡੋਲਦਾ, ਲਹਿਰਾਂ ਚੱਲਦੀਆਂ ਨੇ। ਇਸ ਤਰ੍ਹਾਂ ਮਨ ਨੂੰ ਲਹਿਰਾਂ ਚੱਲਦੀਆਂ ਨੇ, ਉਹਦੇ ਵਿੱਚ ਮਨ ਖੇਲ ਰਿਹਾ। ਮਨ ਨੂੰ ਕਦੇ ਉੱਪਰ ਲੈ ਜਾਂਦੀਆਂ, ਕਦੇ ਥੱਲੇ ਸੁੱਟ ਦਿੰਦੀਆਂ, ਫਿਰ ਮਨ ਨੂੰ ਉੱਪਰ ਲੈ ਜਾਂਦੀਆਂ, ਕਦੇ ਥੱਲੇ ਸੁੱਟ ਦਿੰਦੀਆਂ, ਕਦੀ ਫਿਰ ਮਨ ਡੋਲਦਾ ਇੱਥੇ ਇਹਨਾਂ ਲਹਿਰਾਂ ਦੇ ਵਿੱਚ। ਹੁਣ ਜਦੋਂ ਮਨ ਡੋਲਦਾ ਹੈ ਤਾਂ ਗੁਰਮੁਖੋ ਫਿਰ ਇਹਦਾ ਕੋਈ ਟਿਕਾਣਾ ਨਹੀਂ, ਭਵ ਸਾਗਰ ਦੇ ਵਿੱਚ ਫਸਿਆ। ਫਿਰ ਇੱਥੇ ਬੇਨਤੀ ਕਰਦਾ, ਸੱਚੇ ਪਾਤਸ਼ਾਹ ਕਿਰਪਾ ਕਰੋ, ਦਇਆ ਕਰੋ, ਫਿਰਤ ਫਿਰਤ ਪ੍ਰਭ ਆਇਆ ਪਰਿਆ ਤੌਸਰ ਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ, ਮੈਨੂੰ ਆਪਣੀ ਭਗਤੀ 'ਤੇ ਲਾਓ। ਡੰਡੌਤ ਬੰਦਨ ਅਨਕਬਾਰ, ਸਰਬ ਕਲਾ ਸਮਰੱਥ, ਡੋਲਣ 'ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ, ਮਹਾਰਾਜ ਜੀ ਮੈਨੂੰ ਡੋਲਣ ਤੋਂ ਬਚਾਓ। ਹੁਣ ਪੂਰਨ ਮਹਾਂਪੁਰਖ ਫਿਰ ਇਹਨੂੰ ਤੋਰਦੇ ਨੇ, ਕਹਿੰਦੇ ਭਾਈ ਸ਼ਬਦ ਵੱਲ ਰਲ ਕੇ ਐਸ ਸਿਰੇ 'ਤੇ ਆ ਜਾ, ਬੈਖਰੀ ਬੋਲ, ਮਧਮਾ ਬਾਣੀ ਬੋਲ, ਪਸੰਤੀ ਬਾਣੀ ਬੋਲ, ਰੋਮ ਰੋਮ ਸਿਮਰਨ ਕਰਦਾ ਹੋਇਆ
ਤੂੰ ਇਸ ਪੁਆਇੰਟ 'ਤੇ ਆ ਜਾ ਜਿਹਨੂੰ ਮਹਾਰਾਜ ਨੇ ਪੱਛਮ ਵਾਲਾ ਮਾਰਗ ਕਿਹਾ, ਜਿਹਨੂੰ ਮਾਤਾ ਦੇ ਗਰਭ ਵਿੱਚ ਜਿੱਥੋਂ ਲਿਵ ਟੁੱਟਦੀ ਹੈ, ਜਿਹਨੂੰ ਮਹਾਰਾਜ ਨਾਭ ਪਵਣ ਘਰ ਆਸਣ ਵੈਸੇ ਗੁਰਮੁਖ ਖੋਜਤ ਤੱਤ ਲਹੇ। ਜੇ ਹੁਣ ਇੱਥੇ ਵੀ ਬਹਿੰਦਾ ਨਹੀਂ ਸਾਡਾ ਮਨ ਤੇ ਇੱਥੇ ਮਹਾਰਾਜ ਨੇ ਨਿਜ ਪਦ ਕਿਹਾ ਹੈ, ਨਿਜ ਪਦ ਉੱਪਰ ਅੱਗੋ ਧਿਆਨ ਰਾਜਾ ਰਾਮ ਨਾਮ ਮੋਰਾ ਬ੍ਰਹਮ ਗਿਆਨ। ਇਹ ਸੂਖਮ ਨੇ ਪੁਆਇੰਟ, ਇਹ ਦ੍ਰਿਸ਼ਟਮਾਨ ਤੌਰ 'ਤੇ ਨਹੀਂ ਕਿ ਇੱਥੇ ਮੱਥੇ 'ਤੇ ਧਿਆਨ ਲਾ ਲਓ ਜਾਂ ਇੱਦਾਂ ਧਿਆਨ ਲਾ ਲਓ, ਇਹ ਸੂਖਮ ਪੁਆਇੰਟ ਨੇ। ਮਨ ਵਿਚਾਰਾਂ ਤੋਂ ਰਹਿਤ ਹੋਏਗਾ ਫਿਰ ਹੀ ਸੂਖਮ ਪੁਆਇੰਟ ਲੱਭਣੇ ਨੇ, ਬੜੇ ਬਰੀਕੀ ਦੇ ਵਿੱਚ ਨੇ। ਉਹਦੇ ਵਾਸਤੇ ਇਹਨੂੰ ਵਿਚਾਰਾਂ ਤੋਂ ਧਿਆਨ ਠਾਉਣਾ ਪੈਣਾ, ਮਨ ਵਿਚਾਰਾਂ ਦੇ ਵਿੱਚ ਹੈ। ਅਤੇ ਧਿਆਨ ਕਿੱਥੇ ਲਾਉਣਾ? ਉਸ ਪੁਆਇੰਟ 'ਤੇ ਜਿਹੜਾ ਗੁਰੂ ਸਾਹਿਬ ਸਾਨੂੰ ਦੱਸਦੇ ਨੇ, ਨਿੱਜ ਪਦ 'ਤੇ ਜਾਂ ਮੂਲ ਦੁਆਰੇ 'ਤੇ ਬੈਠਣਾ ਹੈ। ਇੱਥੋਂ ਹੀ ਮਾਲਕ ਨੇ ਆਪਾਂ ਨੂੰ ਗੁਰਮੁਖੋ ਅੱਗੇ ਬੇੜੇ ਰਾਹੀਂ ਲੈ ਕੇ ਜਾਣਾ ਹੈ, ਸ਼ਬਦ ਰਾਹੀਂ ਲੈ ਕੇ ਜਾਣਾ ਹੈ। ਇੱਥੇ ਮਨ ਸ਼ਰਧਾ ਭਾਵਨਾ ਨਾਲ ਬੈਠਦਾ ਹੈ। ਸਾਚ ਭੇਟ ਬੈਸਣ ਕੋ ਥਾਉ, ਸੱਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸੱਦ ਬਹਾਲੇ ਪਾਸ। ਮਹਾਰਾਜ ਫਿਰ ਸੱਦਦੇ ਨੇ, ਜੇ ਸਾਡੇ ਅੰਦਰ ਸ਼ਰਧਾ ਭਾਵਨਾ ਆ ਗਈ, ਗੁਰੂ 'ਤੇ ਭਰੋਸਾ ਆ ਗਿਆ ਹੈ, ਵਿਚਾਰਾਂ ਤੋਂ ਮਨ ਰਹਿਤ ਹੋ ਗਿਆ। ਪਰ ਮਨ ਨੇ ਤ੍ਰੈਗੁਣਾਂ ਦੀ ਸਮਾਧੀ, ਹੁਣ ਕਈਆਂ ਦੇ ਵਿਚਾਰ ਆਉਂਦੇ ਕਿ ਅਸੀਂ ਜੀ ਨੇਤਰ ਬੰਦ ਕਰਦੇ ਹਾਂ, ਸਾਨੂੰ ਰੀੜ੍ਹ ਦੀ ਹੱਡੀ ਚਿੱਟੀ ਦੀਦੀ ਹੈ, ਜਾਂ ਉਹਦੇ ਵਿੱਚ ਪ੍ਰਕਾਸ਼ ਸਾਨੂੰ ਨਜ਼ਰ ਹਰਾ ਰੰਗ ਨਜ਼ਰ ਆ ਰਿਹਾ, ਜਾਂ ਹੋਰ ਕਈ ਰੰਗ ਨਜ਼ਰ ਆਉਂਦੇ ਨੇ। ਪਰ ਗੁਰਮੁਖੋ, ਗੁਰਬਾਣੀ ਗੁਰੂ ਦੇ ਵਿੱਚ ਦੱਸਿਆ ਕਿ ਤੁਸੀਂ ਰੰਗਾਂ ਦੇ ਪ੍ਰਕਾਸ਼ ਵਿੱਚ ਨਹੀਂ ਪੈਣਾ, ਤੁਸੀਂ ਆਵਾਜ਼ ਨੂੰ ਸੁਣਨਾ ਹੈ। ਆਵਾਜ਼ ਨੂੰ ਸੁਣਦੇ ਸੁਣਦੇ ਤੁਸੀਂ ਸੁਣ ਵਿੱਚ ਜਾਣਾ ਹੈ। ਜਿਹਨੂੰ ਮਰ ਕੇ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ, ਜੇ ਪ੍ਰੋਪਰ ਗੁਰੂ ਦੀ ਮਤ ਨਾਲ ਨਹੀਂ ਚੱਲਦੇ ਆਪਾਂ ਜਾ ਹੀ ਨਹੀਂ ਸਕਦੇ। ਆਪੇ ਮਨ ਸੰਕਲਪ ਅੰਦਰ ਲਈ ਜਾਂਦਾ ਹੈ, ਇਸ ਤਰ੍ਹਾਂ ਹੋਣੀ ਹੈ, ਇੱਥੋਂ ਹੁਣ ਇਸ ਤਰ੍ਹਾਂ, ਇੱਥੋਂ ਇਸ ਤਰ੍ਹਾਂ, ਇਸ ਤਰ੍ਹਾਂ, ਉਹ ਆਪੇ ਹੀ ਸੰਕਲਪ ਲਈ ਜਾਂਦਾ, ਵਿਚਾਰ ਲਈ ਜਾਂਦਾ। ਜਦੋਂ ਅਸੀਂ ਗੁਰੂ ਦੀ ਮਤ ਨਾਲ ਵਿਚਾਰ ਕਰਦੇ ਹਾਂ ਤਾਂ ਮਾਰਗ ਦੇ ਰੂਪ ਨਾਲ ਦੇਖਣਾ, ਰੰਗ ਕਿਸ ਤਰ੍ਹਾਂ ਗੁਣ ਤੇ ਪ੍ਰਭਿੰਨ, ਕਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ, ਜਿਨ੍ਹਾਂ 'ਤੇ ਵਾਹਿਗੁਰੂ ਖੁਸ਼ ਹੋਵੇਗਾ ਉਹਨੂੰ ਹੀ ਇਹ ਮਾਰਗ ਮਿਲੇਗਾ, ਜਿਹੜਾ ਗੁਰੂ ਦੀ ਸ਼ਰਨ ਵਿੱਚ ਜਾਏਗਾ। ਜਿਹਨੂੰ ਮਹਾਰਾਜ ਕਹਿੰਦੇ, ਗੁਪਤਾ ਨਾਮ ਵਰਤੇ ਵਿੱਚ ਕਲਯੁਗ, ਘੱਟ ਘੱਟ ਹਰ ਭਰਪੂਰ ਰਹਿਆ, ਨਾਮ ਰਤਨ ਤਨ ਹਿਰਦੇ ਪ੍ਰਗਟਿਆ, ਜੋ ਗੁਰ ਸ਼ਰਨ ਆਈ ਭੱਜ ਪਿਆ। ਜਿਹੜਾ ਗੁਰੂ ਦੀ ਸ਼ਰਨ ਵਿੱਚ ਚਲੇ ਜਾਏਗਾ ਉਹਦੇ ਹਿਰਦੇ ਅੰਦਰ ਨਾਮ ਪ੍ਰਗਟ ਹੋ ਜਾਏਗਾ। ਗੁਰੂ ਕਿਰਪਾ ਕਰਦੇ ਨੇ, ਸਤਿਗੁਰ ਕੇ ਜਨਮੈ ਗਵਨ ਮਟਾਇਆ। ਸਤਿਗੁਰੂ ਦੀ ਸ਼ਰਨ ਵਿੱਚ ਗਿਆ, ਆਵਾਗਮਨ ਦੇ ਚੱਕਰ 'ਚੋਂ ਜੀਵ ਰਹਿਤ ਹੋ ਜਾਂਦਾ, 84 ਦੇ ਗੇਟ 'ਚੋਂ ਬਚ ਜਾਂਦਾ ਹੈ। ਕਿਉਂਕਿ ਜਿਹੜਾ ਆਹ ਧਿਆਨ ਪਰਲੋਕੀ ਦੇ ਵਿੱਚ ਸੀ, ਫਿਰ ਉਹ ਆਹੀ ਧਿਆਨ ਜਿਹੜਾ ਹੈ ਗੁਰੂ ਇਸ ਧਿਆਨ ਨੂੰ ਕੰਟਰੋਲ ਕਰਨਾ ਦੱਸ ਦਿੰਦੇ ਨੇ। ਮਨ ਕੀ ਹੈ? ਧਿਆਨ ਵਾਲੀ ਅਵਸਥਾ, ਫਿਰ ਧਿਆਨ ਦੀ ਅਵਸਥਾ ਵਿੱਚ, ਧਿਆਨ ਇੱਕ ਪਾਵਰ, ਇੱਕ ਸ਼ਕਤੀ ਹੈ। ਫਿਰ ਕਹਿੰਦੇ, ਚੰਦ ਸੂਰਜ ਕੀ ਪਾਏ ਗੰਢ। ਇੱਥੇ ਵੀ ਜਦੋਂ ਚੰਦ ਸੂਰਜ ਦੀ ਗੰਢ ਪੈਂਦੀ ਹੈ ਤੇ ਫਿਰ ਮਨ ਨੂੰ ਇਹ ਭੇਦ ਗੁਰੂ ਨੇ ਦੇਣਾ ਹੈ। ਮਹਾਰਾਜ ਕਹਿੰਦੇ, ਚੰਦ ਸੂਰਜ ਕੀ ਪਾਏ ਗੰਢ, ਤਿਸ ਉਦਾਸੀ ਕਾ ਪੜੇ ਨਾ ਕੰਧ। ਜਿਹੜੇ ਚੰਦ ਸੂਰਜ ਦੀ ਗੰਢ ਪਾ ਲੈਂਦੇ ਨੇ ਉਹ ਆਤਰਲੋਕੀ ਦੇ ਵਿੱਚੋਂ ਨਿਕਲ ਜਾਂਦੇ ਨੇ, ਪਰ ਇਸ ਗੰਢ ਨੂੰ ਪਾਉਣਾ ਗੁਰੂ ਨੇ ਦੱਸਣਾ ਹੈ। ਫਿਰ ਗੁਰਮੁਖੋ ਆਪਣਾ ਧਿਆਨ ਤਰਲੋਕੀ ਦੇ ਵਿੱਚੋਂ ਮਾਇਆ ਤੋਂ ਰਹਿਤ ਹੋ ਕੇ ਫਿਰ ਉਹ ਸੱਚ 'ਤੇ ਧਿਆਨ ਲਵਾ ਦਿੰਦੇ ਨੇ, ਆਪਣੇ ਅੰਤਰਗਤ ਵੀ ਅਤੇ ਬਾਹਰ ਵੀ।
ਫਿਰ ਮਨ ਇਸ ਤਰਲੋਕੀ ਦੇ ਵਿਚਾਰਾਂ 'ਚੋਂ ਨਿਕਲ ਜਾਂਦਾ ਹੈ। ਜਿੱਥੇ ਦੇਖਦਾ ਹੈ ਉਸ ਵਾਹਿਗੁਰੂ ਦਾ ਹੀ ਵਾਸਾ ਦੇਖਦਾ ਹੈ, ਨਿਰੰਕਾਰ ਨੂੰ ਹੀ ਦੇਖਦਾ ਹੈ। ਜਿੱਧਰ ਨੇਤਰ ਚੁੱਕ ਕੇ ਵੇਖਦਾ ਹੈ ਉਹਦੇ ਹੀ ਦਰਸ਼ਨ ਕਰਦਾ ਹੈ, ਉਹਦਾ ਹੀ ਰੂਪ ਦੇਖਦਾ ਹੈ। ਚਾਹੇ ਮਾਤਾ ਨੇ, ਚਾਹੇ ਪਿਤਾ ਨੇ, ਚਾਹੇ ਭੈਣ ਨੇ, ਭਾਈ ਨੇ, ਪਤੀ ਹੈ, ਪਤਨੀ ਹੈ, ਕੋਈ ਵੀ 84 ਲੱਖ ਜੂਨ ਦੇ ਵਿੱਚ ਹੈ, ਧਰਤ ਹੈ, ਆਕਾਸ਼ ਹੈ, ਫਿਰ ਉਹਦਾ ਹੀ ਰੂਪ ਦਿਸਦਾ ਹੈ। ਕਿਉਂਕਿ ਜਿਹੜੀ ਵਿਚਾਰਾਂ ਵਾਲੀ ਕੰਧ ਸੀ ਉਹ ਟੁੱਟ ਗਈ, ਕੂੜ ਦੀ ਪਾਲ ਖਤਮ ਹੋ ਗਈ, ਗੁਰੂ ਨੇ ਉਨਮਨ ਦੇ ਵਿੱਚ ਧਿਆਨ ਲਵਾ ਦਿੱਤਾ। ਕਿਉਂਕਿ ਗਗਨ ਮੰਡਲ ਮੈਂ ਰੂਪੈ ਥੰਮ, ਕਹਿੰਦੇ ਗਗਨ ਮੰਡਲ ਦੇ ਵਿੱਚ ਆਪਣੇ ਮਨ ਨੂੰ ਲੈ ਕੇ ਜਾਣਾ, ਰੂਪੈ ਥੰਮ, ਇੱਥੇ ਮਨ ਨੂੰ ਰੋਕਣਾ, ਇਹਨੂੰ ਗਗਨ ਕਿਹਾ ਹੈ। ਆਕਾਸ਼ ਗਗਨ ਹੈ, ਪਤਾਲ ਗਗਨ ਹੈ, ਚੌਦਿਸ ਗਗਨ ਰਹਾਏ ਲਈ, ਫਿਰ ਚਾਰੇ ਪਾਸੇ ਆਪਾਂ ਨੂੰ ਓਰਾ ਨਜ਼ਰ ਆਉਂਦਾ ਹੈ, ਪ੍ਰਕਾਸ਼ ਨਜ਼ਰ ਆਉਂਦਾ ਹੈ, ਜਿਹੜਾ ਸਾਡਾ ਮਾਤਾ ਪਿਤਾ ਹੈ। ਬੜਾ ਭਰਮੇ ਸਮਾਇਆ ਨੇ ਪਾਉਣਾ ਹੈ, ਤੁਹਾਨੂੰ ਨੰਗਣ ਨਹੀਂ ਦੇਣਾ, ਬੜੇ ਫੁਰਨੇ ਤੁਹਾਨੂੰ ਸੱਚ ਮਨਾਈ ਜਾਣਾ, ਤੁਹਾਡਾ ਧਿਆਨ ਸਹੀ ਲੱਗ ਗਿਆ ਹੈ, ਤੁਸੀਂ ਸਹੀ ਹੋ। ਮਾਇਆ ਨੇ ਬੜੇ ਤਰ੍ਹਾਂ ਦੇ ਭਰਮ ਤੁਹਾਡੇ ਅੱਗੇ ਪਾਉਣੇ ਨੇ। ਜਿੰਨਾ ਚਿਰ ਪੂਰਨ ਸੰਤ ਸਾਧੂ ਗੁਰੂ ਸਤਿਗੁਰ ਨਹੀਂ ਮਿਲਦੇ, ਉਨਾ ਚਿਰ ਮਨ ਦਾ ਭਰਮ ਖਤਮ ਨਹੀਂ ਹੁੰਦਾ। ਕਿਉਂਕਿ ਜਿਨ੍ਹਾਂ ਦੀ ਡਿਊਟੀ ਲੱਗੀ ਹੈ ਉਹਨਾਂ ਨੇ ਹੀ ਅੱਗੇ ਦਾ ਮਾਰਗ ਤੁਹਾਨੂੰ ਦੱਸਣਾ ਹੁੰਦਾ ਹੈ। ਸ਼ਕਤੀ ਮਹਾਂਪੁਰਖ ਸਤਿਗੁਰ ਦੀ ਬਾਣੀ ਵਿੱਚ ਹਰੇਕ ਧਰਮ ਦੇ ਗੁਰਮੁਖੋਂ ਬਿਠਾਏ ਹੋਏ ਨੇ, ਚਾਹੇ ਕੋ ਹਿੰਦੂ ਹੈ, ਚਾਹੇ ਕੋ ਮੁਸਲਮਾਨ ਹੈ, ਚਾਹੇ ਕੋ ਸਿੱਖ ਹੈ, ਚਾਹੇ ਕੋ ਈਸਾਈ ਹੈ, ਸਾਰਿਆਂ ਦਾ ਉਪਦੇਸ਼ ਜਿਹੜਾ 4 ਵਰਨਾਂ ਨੂੰ ਸਾਂਝਾ ਹੈ, ਖੱਤਰੀ ਬ੍ਰਾਹਮਣ ਸੂਦ ਬੈਸ, ਉਪਦੇਸ਼ 4 ਵਰਨਾਂ ਕੋ ਸਾਂਝਾ। ਗੁਰੂ ਦਾ ਉਪਦੇਸ਼ ਕਿਸੇ ਇੱਕ ਵਾਸਤੇ ਨਹੀਂ, 4 ਵਰਨਾਂ ਨੂੰ ਗੁਰਮੁਖੋਂ ਸਾਂਝਾ ਹੈ। ਗੁਰੂ ਇੱਕ ਵਾਸਤੇ ਨਹੀਂ ਆਉਂਦਾ, ਉਹ ਹਿੰਦੂ ਵਾਸਤੇ ਵੀ ਆਉਂਦਾ, ਉਹ ਮੁਸਲਮਾਨ ਵਾਸਤੇ ਵੀ ਆਉਂਦਾ, ਸਿੱਖ ਵਾਸਤੇ ਅਤੇ ਈਸਾਈ ਵਾਸਤੇ। ਇਹ ਇੱਕ ਭਰਮ ਹੈ ਵੀ ਹਿੰਦੂ ਮੁਸਲਿਮ ਸਿੱਖ, ਇਸ ਭਰਮ ਵਿੱਚੋਂ ਵੀ ਨਿਕਲਣਾ। ਜਿਹੜਾ ਇਸ ਭਰਮ ਦੇ ਵਿੱਚ ਨਿਕਲਿਆ ਸਮਝ ਲਓ ਉਹ ਵੀ ਨਹੀਂ ਮਿਲਿਆ ਹਾਲੇ, ਜਿਹੜੇ ਇੱਥੇ 'ਤੇ ਸੀਮਤ ਆ, ਹਾਲੇ ਸਰੀਰ 'ਤੇ, ਆਕਾਰ 'ਤੇ, ਜਾਤਾਂ ਪਾਤਾਂ ਰੂਪਾਂ ਰੰਗਾਂ 'ਤੇ ਸੀਮਤ ਆ, ਸਮਝ ਲਓ ਉਹ ਨਿਰਾਕਾਰ 'ਤੇ ਨਹੀਂ ਪਹੁੰਚੇ, ਉਹ ਆਕਾਰ 'ਤੇ ਸੀਮਤ ਆ। ਆਕਾਰ ਨੂੰ ਅੱਗੇ ਲੈ ਆਉਂਦੇ ਨੇ, ਆਕਾਰ ਨੂੰ ਮੁੱਖ ਰੱਖਦੇ ਨੇ, ਆਕਾਰ ਦਾ ਹੀ ਧਿਆਨ ਧਰਦੇ ਨੇ। ਅਤੇ ਜਿੱਥੇ ਅਸੀਂ ਉਹ ਨਿਰੰਕਾਰ 'ਤੇ ਧਿਆਨ ਲਾਉਣਾ, ਉੱਥੇ ਜਾ ਕੇ ਤਾਂ ਜਾਤ ਪਾਤ ਰੂਪ ਰੰਗ ਭੇਖ ਵਰਨ ਜਾਤ ਸਭ ਕੁਛ ਖਤਮ ਹੋ ਜਾਂਦਾ ਉੱਥੇ ਜਾ ਕੇ ਤਾਂ। ਉੱਥੇ ਤਾਂ ਰਸਨਾ ਕਹਿੰਦੀ ਹੈ, ਤੂੰ ਤੂੰ ਕਰਤਾ ਤੂੰ ਹੂਆ, ਮੁਜਮੇ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਦ ਦੇਖੋ ਤਦ ਤੂੰ, ਜਿੱਥੇ ਆਕਾਰ ਆ ਗਿਆ ਹਉਮੈ ਆ ਗਈ। ਜਦੋਂ ਉਹਨੇ ਤੂੰ ਤੂੰ ਕੀਤੀ, ਤੂੰ ਹੂਆ, ਫਿਰ ਉਹਦਾ ਰੂਪ ਹੋਇਆ, ਜਦੋਂ ਵਾਹਿਗੁਰੂ ਵਾਹਿ ਸ਼ਬਦ ਦਾ ਰੂਪ ਮਨ ਹੋ ਗਿਆ। ਮੁਜਮੇ ਰਹਾ ਨਾ ਹੂੰ, ਹਉਮੈ ਨਹੀਂ ਰਹੀ, ਮੈਂ ਨਹੀਂ ਰਹੀ, ਆਪਾ ਪਰਕਾ ਮਿਟ ਗਿਆ ਪਰਾਇਆ ਅਤੇ ਆਪਣਾ ਮਿਟ ਗਿਆ, ਜਦ ਦੇਖੋ ਤਦ ਤੂੰ। ਹਰੇਕ ਦੇ ਵਿੱਚ ਜੋ ਦੇਖੀ, ਜੇ ਆਪਣੇ 'ਚ ਕਿਤੇ ਦੂਜੇ ਵਿੱਚ ਵੀ ਦੇਖੀ, ਸਤਿਗੁਰ ਮਿਲੇ ਦਿਵ ਦ੍ਰਿਸ਼ਟ ਹੋਈ। ਸਤਿਗੁਰ ਨੇ ਇੱਥੇ ਵੀ ਦਿਵ ਦ੍ਰਿਸ਼ਟੀ ਕਰਵਾ ਦਿੱਤੀ ਮਨ ਦੀ। ਸੋ ਆਪਾਂ ਨੇ ਗੁਰਮੁਖੋਂ ਬੜਾ ਸੂਖਮ ਮਾਰਗ ਹੈ, ਬੜੀਆਂ ਬਰੀਕੀਆਂ ਨੇ, ਬਹੁਤ ਸਹਿਜ ਮਾਰਗ ਹੈ, ਅਤੇ ਸੰਗਤ ਵਿੱਚ ਆਉਣਾ ਪੈਣਾ। ਸੰਗਤ ਤੋਂ ਬਿਨਾਂ ਆਪਾਂ ਇਸ ਮਾਰਗ ਨੂੰ ਤੈਅ ਨਹੀਂ ਕਰ ਸਕਦੇ। ਜੇ ਕਹੀਏ ਫੋਨ 'ਤੇ ਕਿੰਨਾ ਕੁ ਅਸੀਂ ਸਮਝਾਵਾਂਗੇ। ਇੱਥੇ 5 ਜਾਣੇ ਇੱਕ ਪਾਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ 5 ਜਾਣੇ ਤੁਸੀਂ ਇਕੱਲੇ ਹਾਂ। 5ਾਂ ਦਾ ਮੁਕਾਬਲਾ ਮਨ ਇਕੱਲੇ ਦਾ ਹੈ ਹੀ ਨਹੀਂ।
ਸਾਧ ਸੰਗਤ ਬਿਨ ਭਾਉ ਨਹੀਂ ਉਪਜੇ ਭਾਅ ਬਿਨ ਭਗਤ ਨਾ ਹੋਏ ਦੇਵ। ਜਿੰਨਾ ਚਿਰ ਸੰਗਤ ਨਹੀਂ ਤੁਸੀਂ ਇਹਨਾਂ ਨੂੰ ਜਿੱਤੇ ਨਹੀਂ ਸਕਦੇ, ਇਹ ਤੁਹਾਨੂੰ ਬੈਠਣੇ ਨਹੀਂ ਦੇਣਗੇ। ਜੇ ਤੁਸੀਂ ਬੈਠ ਗਏ ਵੀ ਬੈਠ ਵੀ ਗਏ ਤੁਸੀਂ ਇਹਨਾਂ ਦੀ ਸਮਾਧੀ ਵਿਚਾਰਾਂ ਦੀ ਸਮਾਧੀ ਲਾ ਲੈਣੀ ਹੈ, ਠੱਗ ਦ੍ਰਿਸ਼ਟ ਬੱਗਾ ਲਿਬਲਾਕਾ ਬੰਗਲੇ ਵਾਲੀ ਸਮਾਧੀ ਲਾ ਲੈਣੀ ਹੈ, ਵਿਚਾਰਾਂ ਫੁਰਨਿਆਂ ਦੇ ਵਿੱਚ ਲਾ ਲੈਣੀ, ਰੰਗਾਂ ਰੂਪਾਂ ਨੂੰ ਦੇਖੀ ਜਾਣਾ, ਆਕਾਰ ਪ੍ਰਗਟ ਹੋ ਰਹੇ ਨੇ, ਰੂਪ ਕੋਈ ਰੰਗ ਪ੍ਰਗਟ ਹੋ ਰਿਹਾ ਉਹਨੂੰ ਵੀ ਤੁਸੀਂ ਦੇਖੀ ਜਾਣਾ ਹੈ। ਸੋ ਆਪਾਂ ਨੂੰ ਇਹ ਪੰਜਾਂ ਤੋਂ ਰਹਿਤ ਹੋਣ ਵਾਸਤੇ ਸੰਗਤ ਬਹੁਤ ਜ਼ਰੂਰੀ ਹੈ। ਸਤ ਸੰਗਤ ਸਿਉਂ ਮੇਲ ਪਿਆ, ਹਰ ਹਰ ਨਾਮ ਸਮਾਏ ਰਾਮ। ਕਹਿੰਦੇ ਸਤ ਸੰਗਤ ਨਾਲ ਮੇਲ ਹੋ ਗਿਆ, ਫਿਰ ਹਰ ਹਰ ਕਰਦੇ ਕਰਦੇ ਉਸ ਨਾਮ ਦੇ ਵਿੱਚ ਸਮਾ ਗਏ, ਅਤੇ ਉਹਦਾ ਜਿੰਨਾ ਚਿਰ ਗੁਰਮੁਖੋ ਸਮਾਉਂਦੇ ਨਹੀਂ ਨਾ ਉਨਾ ਚਿਰ ਸੁਣ ਵੀ ਲੈਂਦੇ ਹਾਂ ਪਰ ਸਮਾਉਣ ਦੀ ਯੁਗਤ ਨਹੀਂ ਆਉਂਦੀ ਉਹ, ਕਿਉਂਕਿ ਸੰਗਤ ਵਿੱਚ ਜਾ ਕੇ ਫਿਰ ਬੈਠਣ ਦੀ ਯੁਗਤ ਮਿਲਦੀ ਹੈ। ਮਨ ਬੈਠੇਗਾ, ਮਨ ਨੇ ਬਹਿਣਾ ਹੈ, ਮਨ ਨੇ ਸਮਾਉਣਾ ਹੈ, ਅਤੇ ਮਨ ਨੂੰ ਬੈਠਣ ਦੀ ਯੁਗਤ ਜਿਹੜੀ ਸਾਧ ਸੰਗਤ ਵਿੱਚੋਂ ਮਿਲਦੀ ਹੈ। ਸਾਧੂ ਸੰਗ ਮਿਲਾਇਆ ਭਾਈ ਸਰਬ ਰਿਹਾ ਭਰਪੂਰ। ਕਹਿੰਦੇ ਸਾਧੂ ਜਨ ਮਿਲਾ ਦਿੰਦੇ ਨੇ ਵੀ ਸਾਰੇ ਪਾਸਿਓਂ ਮਾਲਕ ਹੀ ਨਜ਼ਰ ਆਉਂਦਾ, ਜਦੋਂ ਵੀ ਉਸ ਨਜ਼ਰ ਦੇ ਨਾਲ ਦੇਖਦੇ ਹਾਂ ਵੀ ਸਾਰੇ ਪਾਸੇ ਰਾਮ ਰਵਿਆ ਹੋਇਆ ਦਿਖਾਈ ਦਿੰਦਾ ਹੈ, ਚਾਰੇ ਪਾਸੇ ਫਿਰ ਉਹ ਪ੍ਰਕਾਸ਼ ਸਾਨੂੰ ਮਾਇਆ ਦੇ ਵਿੱਚ ਦਿਖਾਈ ਦਿੰਦਾ ਹੈ ਕਿ ਮਾਇਆ ਬ੍ਰਹਮ ਰਵੇ ਸਭ ਸੰਗ। ਇਹ ਬ੍ਰਹਮ ਅਤੇ ਮਾਇਆ ਆਮ ਆਪਸ ਵਿੱਚ ਰਮੇ ਹੋਏ ਨੇ। ਸਤਿਗੁਰੂ ਸਾਡਾ ਧਿਆਨ ਮਾਇਆ ਦੇ ਵਿੱਚ ਕੱਢ ਕੇ ਬ੍ਰਹਮ 'ਤੇ ਲਵਾ ਦਿੰਦਾ ਹੈ। ਜੁਗਤੀ ਹੈ ਨਾ, ਵਿਧੀ ਹੈ, ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ। ਇਸ ਤਰ੍ਹਾਂ ਆਪਾਂ ਗੁਰਮੁਖੋ ਲਾਹਾ ਖੱਟਣਾ ਹੈ ਅਤੇ ਲਾਹਾ ਖੱਟ ਕੇ ਆਪਣੇ ਘਰ ਚੱਲੀਏ। ਬਹੁਤ ਯੁੱਗ ਹੋ ਗਏ ਧੱਕੇ ਖਾਂਦਿਆਂ ਨੂੰ, ਇੱਥੇ ਫਿਰਦਿਆਂ ਨੂੰ, ਅਤੇ ਜੇ ਆਪਾਂ ਹੁਣ ਨਾ ਮਿਲੇ ਤਾਂ ਫਿਰ ਕਦੋਂ ਮਿਲ ਸਕਦੇ ਹਾਂ। ਆਹੀ ਵਾਰੀ ਹੈ, ਇਹੀ ਮੌਕਾ ਹੈ, ਕਰ ਲਈਏ ਸੰਗਤ। ਇਹਨਾਂ ਨੇ ਸੰਗਤ ਕਰ ਨਹੀਂ ਦੇਣੀ ਪੰਜਾਂ ਨੇ, ਇਹਨਾਂ ਨੇ ਜ਼ੋਰ ਪਾਉਣਾ ਹੈ, ਕਿਉਂਕਿ ਇਹਨਾਂ ਦਾ ਤਰਲੋਕੀ 'ਤੇ ਜ਼ੋਰ ਚੱਲਦਾ, ਇਹਨਾਂ ਦਾ ਰਾਜ ਚੱਲਦਾ ਹੈ, ਇਹਨਾਂ ਨੇ ਸੰਗਤ ਵਿੱਚ ਜਾਣ ਨਹੀਂ ਦੇਣਾ। ਕਿਰਪਾ ਨਿੰਦ ਕਿਰਪਾਲ ਤੇ ਆਵੋ, ਸਾਧ ਸੰਗਤਾਂ ਬੈਠਣ ਪਾਵੋ। ਗੁਰਮੁਖੋ ਜਦੋਂ ਕਿਰਪਾ ਹੁੰਦੀ ਫਿਰ ਇਹ ਧਿਆਇਆ ਜਾਂਦਾ ਅਤੇ ਸਾਧ ਸੰਗਤ ਵਿੱਚ ਹੀ ਮਨ ਦਾ ਟਿਕਾਓ ਬਣਦਾ ਹੈ, ਫਿਰ ਇਹ ਮਨ ਬੈਠਦਾ ਹੈ, ਨਹੀਂ ਤਾਂ ਇਹ ਬੈਠਦਾ ਨਹੀਂ। ਜਿੰਨੇ ਮਰਜ਼ੀ ਅਸੀਂ ਜਪ ਤਪ ਕਰ ਲਈਏ ਜਿੰਨੇ ਮਰਜ਼ੀ, ਪਰ ਮਹਾਰਾਜ ਕਹਿੰਦੇ ਸਾਧ ਸੰਗ ਨਾ ਹੀ ਛੁਟਕਾਰਾ। ਸਾਧੂ ਦੇ ਸੰਗ ਤੋਂ ਬਿਨਾਂ ਛੁਟਕਾਰਾ ਨਹੀਂ ਹੁੰਦਾ। ਜਿਨ ਕੋ ਸਾਧੂ ਸੰਗ ਨਾਮ ਹਰ ਰੰਗ, ਉਹ ਨਾਮ ਦਾ ਰੰਗ ਚੜ੍ਹਦਾ, ਤਿੰਨੀ ਬ੍ਰਹਮ ਵਿਚਾਰਿਆ ਜੀਓ, ਉਹੀ ਬ੍ਰਹਮ ਨੂੰ ਵਿਚਾਰਦੇ ਨੇ ਜਿਹਨੂੰ ਪੂਰਨ ਮਹਾਂਪੁਰਖਾਂ ਦਾ ਸੰਗ ਹੋ ਜਾਂਦਾ। ਦਾਸ ਨੇ ਵੀ ਕੋਈ ਇੱਕ ਦਿਨ ਦੇ ਵਿੱਚ, ਦੋ ਦਿਨ ਦੇ ਵਿੱਚ ਨਹੀਂ, ਲੰਬਾ ਸਮਾਂ ਭਾਈ ਸੇਵਾ ਸਿੰਘ ਜੀ ਤਰਮਾਲੇ ਵਾਲਿਆਂ ਦੀ ਸੰਗਤ ਕੀਤੀ। ਜੇ 2000 ਸਾਲ ਤੋਂ ਸੰਗਤ ਕੀਤੀ ਹੈ ਅਤੇ ਗੁਰਮੁਖੋ ਮਹਾਰਾਜ ਦੀ ਕਿਰਪਾ ਦੇ ਨਾਲ ਮਾਲਕ ਦੇ ਨਾਲ ਇੱਕ ਮਿੱਖ ਮਿਲਾਪ ਹੋਇਆ, ਠੀਕ ਹੈ ਜੀ। ਅਭਿਆਸ ਕਰਦੇ ਬੜੀਆਂ ਸੂਖਮ ਯੁਗਤੀਆਂ ਵਿਧੀਆਂ ਨੇ, ਜੀਵ ਦੇ ਅੰਦਰ ਬੜਾ ਭਰਮ ਪੈ ਜਾਂਦਾ ਕਿ ਅਸੀਂ ਮਿਲ ਲਿਆ, ਥੋੜ੍ਹੀ ਜਿਹੀ ਸੰਗਤ ਕਰਕੇ ਆਪਾਂ ਕਹਿੰਦੇ ਹਾਂ ਕਿ ਸਾਡਾ ਮਿਲਾਪ ਹੋ ਗਿਆ, ਠੀਕ ਗੇੜ ਬਣ ਗਏ, ਪਰ ਨਹੀਂ। ਅਤੇ ਇਸ ਤਰ੍ਹਾਂ ਗੁਰਮੁਖੋ ਆਪਾਂ ਨੇ ਮਿਲਾਪ ਕਰਦੇ ਹੋਏ ਨਿਰੰਕਾਰ ਦੇ ਵਿੱਚ ਸਮਾਉਣਾ ਹੈ। ਵੇਖੋ ਬੈਠਣ ਦਾ ਤਰੀਕਾ ਕਿਸ ਤਰ੍ਹਾਂ, ਮਨ ਦੁਆਰਾ ਬੈਠਣਾ ਹੈ, ਮਨ ਦੁਆਰਾ ਜਾਗਣਾ ਹੈ, ਮਾਤਾ ਪਿਤਾ ਨੂੰ ਦੇਖਣਾ, ਇਹ ਥੋੜ੍ਹਾ ਜਿਹਾ ਸੰਗਤ ਕਰਨੀ ਪੈਂਦੀ ਹੈ। ਆਪਾਂ ਵੀ ਸੰਗਤ ਕਰੀਏ ਅਤੇ ਬੈਠਣਾ ਸਿੱਖ ਲਈਏ। ਇਹ ਜੁਗਤ ਹੈ, ਵਿਧੀ ਹੈ, ਤਰੀਕਾ, ਅਤੇ ਜੁਗਤੀ ਵਿਧੀ ਤਰੀਕੇ ਤੋਂ ਕੋਈ ਕੰਮ ਨਹੀਂ ਹੁੰਦਾ। ਸੋ ਲਾਹਾ ਲਈਏ।
ਬਹੁਤ ਹੀ ਸੂਖਮ ਖੇਡ ਹੈ। ਭਵ ਸਾਗਰ ਤਾਂ ਹੀ ਤਰਿਆ ਜਾਣਾ ਜੇ ਅਸੀਂ ਸਾਧ ਸੰਗਤ ਕਰਾਂਗੇ। ਇਕੱਲੇ ਬੈਠਣ ਦਾ ਮਾਰਗ ਨਹੀਂ, ਕਿਉਂਕਿ ਮਾਇਆ ਛੱਡਦੀ ਨਹੀਂ, ਸੂਖਮ ਤੋਂ ਸੂਖਮ ਮਾਇਆ ਆ ਕੇ ਘੇਰਦੀ ਹੈ। ਸਾਧ ਸੰਗ ਵਿੱਚ ਨਾਮ ਦਾ ਰੰਗ ਲੱਗ ਜਾਂਦਾ ਹੈ, ਨਾਮ ਦੇ ਰੰਗ ਦੇ ਨਾਲ ਮਾਇਆ ਦੂਰ ਹੋ ਜਾਂਦੀ ਹੈ। ਵਿੱਚ ਸੰਗਤ ਹਰ ਪ੍ਰਭ ਸੇ ਮਾਇਆ ਦਾ ਵਾਸਾ ਹੁੰਦਾ ਹੈ, ਉਹ ਮਾਇਆ ਨੂੰ ਪਰੇ ਠਾ ਦਿੰਦੇ, ਮਾਇਆ ਪ੍ਰਵੇਸ਼ ਨਹੀਂ ਕਰਦੀ। ਜੋ ਵੀ ਪਾਇਆ, ਜਿਹਨੇ ਵੀ ਪਾਇਆ, ਛੱਤੀ ਮਹਾਂਪੁਰਖਾਂ ਨੇ ਸਾਧ ਸੰਗਤ ਦੇ ਵਿੱਚੋਂ ਹੀ ਪਾਇਆ, ਅਤੇ ਸਾਨੂੰ ਵੀ ਕਹਿਤਾ ਕਿ ਭਾਈ ਤੁਸੀਂ ਵੀ ਸਾਧ ਸੰਗਤ ਕਰੋ ਅਤੇ ਨਾਮ ਵਾਲੀ ਦਾਤ ਪ੍ਰਾਪਤ ਕਰੋ ਅਤੇ ਸਮਾਉਣ ਵਾਲੀ ਦਾਤ ਪ੍ਰਾਪਤ ਕਰ ਲਓ, ਸੱਚ ਵਿੱਚ ਬੈਠਣ ਦੀ ਦਾਤ ਪ੍ਰਾਪਤ।